ਸੈਂਟਰਾਂ 'ਚ ਦਾਖਲ ਕਰਵਾ ਦਿੰਦੇ ਆ, ਹੌਸਪੀਟਲ 'ਚ ਦਵਾਈ ਮਿਲਦੀ ਆ ਉਹ ਖਵਾਉਣੀ ਸ਼ੁਰੂ ਕਰ ਦਿੰਦੇ ਆ। ਨੌਜਵਾਨ ਨਸ਼ੇ 'ਚੋਂ ਨਿਕਲ ਸਕਦੇ ਬਾਹਰ? ਜਿੰਨਾ ਮਰਜ਼ੀ ਤੁਸੀਂ ਦਵਾਈਆਂ ਖਾ ਲਓ, ਜੋ ਮਰਜ਼ੀ ਖਾ ਲਓ, ਸੈਂਟਰ 'ਚ ਚੱਲ ਜਾਓ। ਮੈਂ ਦੇਖੇ ਮੁੰਡੇ ਸੈਂਟਰ 'ਚ ਜਾਂਦੇ ਆ, ਆ ਕੇ ਫਿਰ ਉਹੀ ਕੰਮ। ਫੈਸ਼ਨ 'ਚ ਚਲਾ ਗਿਆ ਸੀ ਕਿਉਂਕਿ ਫੈਮਿਲੀ 'ਚ ਕੋਈ ਪ੍ਰੋਬਲਮ ਇੱਦਾਂ ਦੀ ਹੋ ਗਈ ਸੀ, ਅਰਸ਼ ਤੋਂ ਫਰਸ਼ 'ਚ ਡਿੱਗ ਪਏ। ਮੈਂ ਇਹ ਨਹੀਂ ਕਿ ਮੈਨੂੰ ਕੋਈ ਇਹਦੀ ਤਲਬ ਹੈ, ਮੈਨੂੰ ਇਹ ਕਿ ਮੈਂ ਆਪਣੇ ਆਪ ਨੂੰ ਟੋਰਚਰ ਕਰਨਾ। ਇਹ ਕੋਹੜ ਹੈ ਨੀਰਾ, ਇਹ ਸਾਰਿਆਂ ਨੂੰ ਛੱਡਣਾ ਚਾਹੀਦਾ। ਸੋਸ਼ਲ ਮੀਡੀਆ ਦਾ ਬੜਾ ਸਾਥ ਰਿਹਾ ਜੀ, ਫੈਮਿਲੀ ਤੋਂ ਬਾਅਦ ਜੇ ਸਾਥ ਰਿਹਾ ਤਾਂ ਸੋਸ਼ਲ ਮੀਡੀਆ ਦਾ, ਕਿਉਂਕਿ ਉਹਨੇ ਮੈਨੂੰ ਅੰਦਰੋਂ ਥੋੜ੍ਹਾ ਸਟਰੋਂਗ ਕਰਤਾ ਸੀ। ਉਹ ਸਮਾਂ ਯਾਦ ਨਹੀਂ ਆਉਂਦਾ, ਪੁਰਾਣਾ ਸਮਾਂ ਜਦੋਂ ਕਿਤੇ ਬੈਠੇ ਹੋਈਏ, ਕਿ ਮੈਂ ਉਸ ਵੇਲੇ ਕੀ ਸੀ ਤੇ ਅੱਜ ਕੀ ਹੈ। ਯਾਦ ਆਉਂਦਾ ਪਰ ਕੀ ਕਰ ਸਕਦੇ ਹਾਂ, ਪਾਸਟ ਹੀ ਨਿਕਲ ਗਿਆ, ਜਿਹੜਾ ਪ੍ਰੈਜ਼ੈਂਟ ਹੈ ਰੱਬ ਦੀ ਮਿਹਰ ਹੈ। ਭਾਈ ਮੈਂ ਦੇਖਿਆ ਮੁੰਡੇ 20-20 ਸਾਲ ਹੋ ਗਏ, ਮੈਂ ਸੋਚਦਾ ਕਿ ਕਿੰਨੇ ਪੈਸੇ ਉਹਨਾਂ ਨੇ ਵੇਸਟ ਕਰ ਚੁੱਕੇ ਨੇ। ਸਵੇਰੇ ਮੈਂ ਜਾਣਾ ਬੁਟੀਕ ਤੇ, ਇਹ ਸੁੱਤੇ ਹੁੰਦੇ ਸੀ ਕਿ ਪਤਾ ਨੀ ਜਿਸ ਹਾਲ ਵਿੱਚ ਮੈਂ ਛੱਡ ਕੇ ਜਾਣੀ ਉਹੀ ਬੈਡ ਤੇ ਲੇਟੇ ਹੁੰਦੇ ਸੀ। ਫਿਰ ਇੱਕ ਵਾਰੀ ਮੈਂ ਸੋਚਿਆ ਕਿ ਮੈਂ ਚਲੀ ਜਾਵਾਂਗੀ, ਚਲੀ ਜਾਣ ਦਾ ਮੇਰਾ, ਮੈਂ ਤੇ ਚਲੀ ਜਾਂਦੀ, ਮੈਨੂੰ ਮੇਰੇ ਘਰਦਿਆਂ ਨੇ ਰੱਖ ਲੈਣਾ ਸੀ। ਫਿਰ ਮੈਂ ਸੋਚਿਆ ਬੇਟੀ ਵੀ ਚਲੀ ਜਾਏਗੀ, ਇਹਨਾਂ ਦਾ ਕੀ ਹੋਣਾ ਸੀ। ਪਿਆਰ ਨਾਲ ਤੁਸੀਂ ਹਰ ਇੱਕ ਇਨਸਾਨ ਨੂੰ ਬਦਲ ਸਕਦੇ ਹੋ, ਮੈਂ ਖੁਦ ਦੇਖਿਆ, ਮੈਂ ਆਪਣੇ ਉਹ ਹਾਲਾਤ ਦੱਸ ਵੀ ਨਹੀਂ ਸਕਦੀ ਤੇ ਅੱਜ ਮੇਰੇ ਤੋਂ ਰੱਬ ਦੀ ਬਹੁਤ ਬਹੁਤ ਮਿਹਰਬਾਨੀ ਹੈ। ਸਰ ਤੁਸੀਂ ਉਹਨਾਂ ਦਾ ਨਸ਼ਾ ਛੁਡਾਇਆ ਨਾ, ਉਹਨਾਂ ਨੇ ਮਾਡਲਿੰਗ ਆਪਣੀ ਤੁਹਾਨੂੰ ਸਿਖਾ ਦਿੱਤੀ। ਬਿਲਕੁਲ ਜੀ, ਕਿ ਨਹੀਂ ਪਸੰਦ ਕਰਦੇ ਸ਼ਾਇਦ, ਇਸ ਕਰਕੇ ਮੈਂ ਬਹੁਤ ਘੱਟ ਬਣਾਉਂਦੀ ਹਾਂ ਹੁਣ ਵੀਡੀਓਜ਼, ਮੈਂ ਨਹੀਂ ਬਣਾਉਂਦੀ ਕਿਉਂਕਿ ਨਹੀਂ ਪਸੰਦ ਕਰਦੇ ਬਟਾਲੇ 'ਚ। ਮੈਂ ਜਬ ਵੀ ਆਤੀ ਸੀ ਸਕੂਲ ਸੇ ਤੋ ਪਾਪਾ ਹਮੇਸ਼ਾ ਮਤਲਬ ਬੈਡ ਪੇ ਲੇਟੇ ਰਹਿਤੇ ਥੇ, ਨਾ ਹੀ ਮੁਝਸੇ ਬਾਤ ਕਰਤੇ ਥੇ, ਨਾ ਹੀ ਮੇਰੇ ਸਾਥ ਖੇਲਤੇ ਥੇ। ਮੈਂ ਜਬ ਵੀ ਪਾਪਾ ਕੋ ਕਹਿਤੀ ਥੀ ਕਿ ਮੇਰੇ ਸਾਥ ਖੇਲੋ ਤੋ ਵੋ ਨਹੀਂ ਖੇਲਤੇ ਥੇ। ਕਿਆ ਬੋਲਾ, ਕਿਆ ਸੋਚਾ ਹੈ ਤੁਮਨੇ, ਕਿਆ ਬਨਨਾ? ਬੜੇ ਹੋ ਕੇ ਐਕਟਰਸ ਬਨਨਾ। ਐਕਟਰਸ ਬਨਨਾ, ਅੱਛਾ ਹੁਣ ਕਿੰਨੀ ਕੁ ਖੁਸ਼ੀ ਹੈ ਘਰ ਦੇ ਵਿੱਚ? ਅਬ ਬਹੁਤ ਅੱਛਾ ਹੈ ਸਾਰਾ ਕੁਛ, ਅਬ ਹਮ ਬਾਹਰ ਵੀ ਜਾਤੇ ਹੈ ਘੁੰਮਨੇ, ਨਾਨੀ ਹਾਊਸ ਵੀ ਜਾਤੇ ਹੈ, ਹਰ ਜਗ੍ਹਾ ਪਾਪਾ ਬਾਤੇ ਵੀ ਕਰਤੇ ਹੈ ਮੇਰੇ ਸਾਥ, ਖੇਲਤੇ ਵੀ ਔਰ ਵੀਡੀਓ ਵੀ ਬਨਾਤੇ ਹੈ। ਅੱਜ ਦੀ ਵੀਡੀਓ ਬੇਹੱਦ ਉਹਨਾਂ ਪਰਿਵਾਰਾਂ ਲਈ ਖਾਸ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੋਈ ਨਾ ਕੋਈ ਬੱਚਾ ਗਲਤ ਸੁਸਾਇਟੀ ਦੇ ਵਿੱਚ ਆ। ਮੇਰਾ ਕਹਿਣ ਦਾ ਮਤਲਬ ਆ ਕਿ ਜਿਨ੍ਹਾਂ ਦੇ ਬੱਚੇ ਪਰਿਵਾਰਾਂ ਦੇ ਨਸ਼ੇ ਦੇ ਦਲਦਲ 'ਚ ਫਸੇ ਨੇ, ਉਹਨਾਂ ਵਾਸਤੇ ਬੇਹੱਦ ਖਾਸ ਵੀਡੀਓ ਆ। ਮੈਂ ਇੱਕ ਪਰਿਵਾਰ ਐਸੇ ਦੇ ਨਾਲ ਮਿਲਾਵਾਂਗਾ ਕਿ ਉਸ ਪਰਿਵਾਰ ਦੇ ਵਿੱਚ ਜਿਹੜਾ ਉਸ ਬੱਚੀ ਦਾ ਬਾਪ ਆ ਮਾਡਲਿੰਗ ਕਰਦਾ ਸੀ, ਕਿਸੇ ਵੇਲੇ ਬੜੇ ਟੌਪ ਦੇ ਸਿੰਗਰਾਂ ਦੇ ਗਾਣਿਆਂ ਦੇ ਵਿੱਚ ਮਾਡਲਿੰਗ ਕਰ ਚੁੱਕਾ ਵਾ, ਪਰ ਇੱਕਦਮ ਘਰ ਬੈਠ ਜਾਂਦਾ ਵਾ, ਨਸ਼ੇ ਦੀ ਐਸੀ ਦਲਦਲ 'ਚ ਫਸਦਾ ਵਾ। ਬੇਟੀ ਹੁੰਦੀ ਹੈ, ਜਨਮ ਲੈਂਦੀ ਘਰ ਦੇ ਵਿੱਚ, ਫਿਰ ਹੌਲੀ ਹੌਲੀ ਬੇਟੀ ਸੁਧਾਰਨਾ ਸ਼ੁਰੂ ਕਰਦੀ ਹੈ ਆਪਣੇ ਬਾਪ ਨੂੰ, ਅਤੇ ਅੱਜ ਬਾਪ ਇੱਕ ਬਿਲਕੁਲ ਨਸ਼ੇ ਦੀ ਦਲਦਲ ਤੋਂ ਦੂਰ ਹੋ ਗਿਆ, ਨਸ਼ੇ ਦੀ ਦਲਦਲ 'ਚੋਂ ਨਿਕਲ ਚੁੱਕਾ ਵਾ, ਨਸ਼ਾ ਛੱਡ ਚੁੱਕੇ ਨੇ। ਗੱਲਬਾਤ ਜ਼ਰੂਰ ਉਸ ਪਰਿਵਾਰ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਦਾ ਨਾਲ ਇੱਕਦਮ ਲਾਈਫ ਦੇ ਵਿੱਚ ਬਦਲਾਵ ਆਉਂਦਾ ਵਾ। ਰਿੰਕਾ ਜੀ, ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਦੀ ਬਹੁਤ ਖੁਸ਼ੀ ਹੈ ਮੈਨੂੰ ਕਿ ਇਸ ਦਲਦਲ 'ਚੋਂ ਨਿਕਲਣਾ ਬੜਾ ਔਖਾ ਵਾ, ਪਰ ਇੱਕਦਮ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਇੱਕਦਮ ਉਸ ਦਲਦਲ 'ਚੋਂ ਨਸ਼ੇ 'ਚੋਂ ਨਿਕਲ ਕੇ ਬਾਹਰ। ਸਭ ਤੋਂ ਵੱਧ ਕ੍ਰੈਡਿਟ ਕਿਹਨੂੰ ਜਾਂਦਾ? ਸਭ ਤੋਂ ਵੱਧ ਕ੍ਰੈਡਿਟ ਦੇਖੋ ਮੇਰੀ ਗੁੜੀਆ ਨੂੰ, ਮੇਰੀ ਵਾਈਫ ਨੂੰ ਜੀ, ਬਾਕੀ ਥੋੜ੍ਹਾ ਜਿਹਾ ਮੇਰੀ ਵਿਲ ਪਾਵਰ ਨੂੰ। ਵਿਲ ਪਾਵਰ ਨਾ ਹੁੰਦੀ ਤਾਂ ਸ਼ਾਇਦ ਛੱਡਦਾ ਵੀ ਨਾ, ਬਟ ਇਹ ਹੈ ਕਿ ਚਲੋ ਮੈਂ ਜ਼ਿਆਦਾ ਦੇਰ ਰਿਹਾ ਵੀ ਨਹੀਂ, ਐਕਚੁਲੀ ਡਿਪਰੈਸ਼ਨ 'ਚ ਚਲਾ ਗਿਆ ਸੀ ਕਿਉਂਕਿ ਫੈਮਿਲੀ 'ਚ ਕੋਈ ਪ੍ਰੋਬਲਮ ਇੱਦਾਂ ਦੀ ਹੋ ਗਈ ਸੀ ਫਾਈਨੈਂਸ਼ਲੀ, ਕਿ ਅਰਸ਼ ਤੋਂ ਫਰਸ਼ 'ਚ ਡਿੱਗ ਪਏ ਸੀ। ਉਸ ਤੋਂ ਬਾਅਦ 'ਚੋਂ ਡਿਪਰੈਸ਼ਨ 'ਚ ਚਲ ਗਿਆ, ਡਿਪਰੈਸ਼ਨ 'ਚ ਜਾ ਕੇ ਮੈਂ ਇਹ ਨਹੀਂ ਕਿ ਮੈਨੂੰ ਕੋਈ ਇਹਦੀ ਤਲਬ ਹੈ, ਮੈਨੂੰ ਇਹ ਕਿ ਮੈਂ ਆਪਣੇ ਆਪ ਨੂੰ ਟੋਰਚਰ ਕਰਨਾ ਇਸੇ ਤਰ੍ਹਾਂ, ਅਤੇ ਮੈਂ ਇਸ ਕਰਕੇ ਮਤਲਬ ਲਾਇਆ ਸੀ।
ਉਸ ਤੋਂ ਬਾਅਦ ਮੈਂ 6 ਮਹੀਨੇ ਰਿਹਾ ਇਹ ਦਲਦਲ 'ਚ, ਬਟ ਜਲਦੀ ਨਿਕਲ ਆਇਆ ਮੈਂ, ਕਿਉਂਕਿ ਮੈਂ ਮੈਰਿਡ ਸੀ, ਮੇਰੀ ਗੁੜੀਆ ਸੀ, ਵਾਈਫ ਸੀ, ਇਹਨਾਂ ਦੀ ਬੜੀ ਸਪੋਰਟ ਸੀ, ਇਹ ਨਾ ਹੁੰਦੇ ਤਾਂ ਸ਼ਾਇਦ ਮੈਂ ਫਸਿਆ ਹੀ ਰਹਿੰਦਾ। ਬਾਕੀ ਇਹ ਕੋਹੜ ਹੈ ਨਹੀਂ ਰਹਾ, ਇਹ ਸਾਰਿਆਂ ਨੂੰ ਛੱਡਣਾ ਚਾਹੀਦਾ, ਜ਼ਰੂਰ ਸੋਚਣਾ ਚਾਹੀਦਾ। ਚੰਗੇ ਟੌਪ ਦੇ ਗਾਇਕ ਸੀ ਜਿਨ੍ਹਾਂ ਦੇ ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ ਸੀ, ਮਾਡਲਿੰਗ ਦਾ ਸਫ਼ਰ ਸੀ, ਮਾਡਲਿੰਗ ਦੇ ਸਫ਼ਰ ਤੋਂ ਇੱਕਦਮ ਨਸ਼ੇ 'ਚ ਆ ਜਾਂਦੇ ਹੋ, ਉਸ ਤੋਂ ਬਾਅਦ ਚਲੋ ਪਰਮਾਤਮਾ ਮਿਹਰ ਕਰਦਾ, ਬੱਚੀ ਹੌਲੀ ਹੌਲੀ ਉਸ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਦੀ ਹੈ। ਫਿਰ ਸੋਸ਼ਲ ਮੀਡੀਆ ਦਾ ਸਾਥ ਰਿਹਾ ਸੀ ਲਗਾਤਾਰ ਤੁਹਾਡਾ? ਸੋਸ਼ਲ ਮੀਡੀਆ ਦਾ ਬੜਾ ਸਾਥ ਰਿਹਾ ਜੀ, ਐਵੇਂ ਕਹੀਏ ਸਭ ਤੋਂ ਵੱਧ ਫੈਮਿਲੀ ਤੋਂ ਬਾਅਦ ਜੇ ਸਾਥ ਰਿਹਾ ਤਾਂ ਸੋਸ਼ਲ ਮੀਡੀਆ ਦਾ, ਕਿਉਂਕਿ ਉਹਨੇ ਮੈਨੂੰ ਅੰਦਰੋਂ ਥੋੜ੍ਹਾ ਸਟਰੋਂਗ ਕਰਤਾ ਸੀ। ਸੋਸ਼ਲ ਮੀਡੀਆ ਦੀ ਇੰਨੀ ਸਪੋਰਟ ਮਿਲ ਗਈ ਸੀ ਕਿ ਮੈਂ ਅੰਦਰੋਂ ਥੋੜ੍ਹਾ ਜਿਹੜਾ ਹੁੰਦਾ ਨਾ ਆਪਣਾ ਕੌਨਫੀਡੈਂਸ ਬੰਦਾ ਡੇਗ ਦਿੰਦਾ, ਉਹ ਮੈਨੂੰ ਕੋ ਫਿਰ ਵਾਪਸ ਆ ਗਿਆ। ਅੱਛਾ, ਉਹ ਸਮਾਂ ਯਾਦ ਨਹੀਂ ਆਉਂਦਾ, ਪੁਰਾਣਾ ਸਮਾਂ ਜਦੋਂ ਕਿਤੇ ਬੈਠੇ ਹੋਈਏ ਕਿ ਮੈਂ ਉਸ ਵੇਲੇ ਕੀ ਸੀ ਤੇ ਅੱਜ ਕੀ ਹੈ? ਹਾਂ ਨਹੀਂ ਨਹੀਂ, ਇਹ ਤੇ ਦੇਖੋ ਇਹ ਤੇ ਜੋ ਤੱਕ ਲਾਈਫ ਰਹਿਣੀ ਉਦੋਂ ਤੱਕ ਹੀ ਬੰਦਾ ਪਾਸਟ ਵਿੱਚ ਯਾਦ ਕਰਦਾ ਜਾਂਦਾ, ਇਹ 'ਚ ਕੋਈ ਸ਼ੱਕ ਨਹੀਂ। ਯਾਦ ਆਉਂਦਾ ਪਰ ਕੀ ਕਰ ਸਕਦੇ ਹਾਂ, ਇਹ ਆ ਕਿ ਚਲੋ ਪਾਸਟ ਹੀ ਨਿਕਲ ਗਿਆ, ਜਿਹੜਾ ਪ੍ਰੈਜ਼ੈਂਟ ਹੈ ਰੱਬ ਦੀ ਮਿਹਰ ਹੈ, ਸੈਟੀਸਫਾਈ ਆ ਆਪਣੇ ਆਪ 'ਚ। ਅੱਛਾ, ਕਿੰਨੇ ਕੁ ਪੈਸੇ ਫਿਰ ਖਰਾਬ ਕਰ ਦਿੱਤੇ ਤੁਸੀਂ ਵੀ ਘਰਦਿਆਂ ਦੇ, ਕਿਉਂਕਿ ਉਸ ਵੇਲੇ ਘਰਦਿਆਂ ਕੋਈ ਪੈਸੇ ਲੈਂਦੇ ਹੋਵੋਗੇ? ਹਾਂ ਨਹੀਂ, ਕੋਈ ਖਾਸ ਨਹੀਂ, ਕਿਉਂਕਿ ਮੈਂ ਜ਼ਿਆਦਾ ਦੇ ਰਿਹਾ ਨਹੀਂ, ਮੈਂ 5-6 ਮਹੀਨੇ ਰਿਹਾ ਐਕਚੁਅਲੀ, 2-3 ਲੱਖ ਲਾ ਗਿਆ ਹੋਏਗਾ, ਹੋਰ ਕੀ ਹੈ। ਕਈ ਮੈਂ ਦੇਖਿਆ ਮੁੰਡੇ 20-20 ਸਾਲ ਹੋ ਗਏ, ਮੈਂ ਸੋਚਦਾ ਕਿ ਕਿੰਨੇ ਪੈਸੇ ਉਹਨਾਂ ਨੇ ਵੇਸਟ ਕਰ ਚੁੱਕੇ ਨੇ, ਹੈ ਬੇਵਕੂਫੀ ਹੈ ਕੁਛ ਵੀ ਨਹੀਂ ਇਹਦੇ 'ਚ। ਅੱਛਾ, ਇਸ ਨਸ਼ੇ ਨੂੰ ਕਿਸ ਤਰੀਕੇ ਨਾਲ ਛੱਡ ਸਕਦਾ ਤੁਸੀਂ ਵੀ, ਆਖਰ 6 ਮਹੀਨੇ ਬਾਅਦ ਇਸ ਦਲਦਲ 'ਚੋਂ ਨਿਕਲੇ ਹੋ? ਹਾਂਜੀ, ਜਿਸ ਤਰੀਕੇ ਨਾਲ ਘਰ ਦੇ ਕਈ ਵਾਰੀ ਸੈਂਟਰਾਂ 'ਚ ਦਾਖਲ ਕਰਵਾ ਦਿੰਦੇ ਆ, ਫਿਰ ਹੌਸਪੀਟਲ 'ਚ ਦਵਾਈ ਮਿਲਦੀ ਆ ਉਹ ਖਾਣੀ ਸ਼ੁਰੂ ਕਰ ਦਿੰਦੇ, ਕੀ ਇਹਨਾਂ ਚੀਜ਼ਾਂ ਦੇ ਨਾਲ ਨੌਜਵਾਨ ਨਸ਼ੇ 'ਚੋਂ ਨਿਕਲ ਸਕਦੇ ਬਾਹਰ? ਨਹੀਂ ਨਹੀਂ, ਇਹ ਨਹੀਂ ਚੱਕਰ ਹੁੰਦਾ ਐਕਚੁਅਲੀ, ਸਭ ਤੋਂ ਪਹਿਲਾਂ ਇਹ ਹੈ ਕਿ ਤੁਹਾਡੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ, ਖੁਦ ਤੁਸੀਂ ਸੋਚੋ ਕਿ ਹਾਂ ਵੀ ਮੈਂ ਇਹਨੂੰ ਛੱਡਣਾ, ਬਾਕੀ ਸਪੋਰਟ ਤੇ ਫੈਮਿਲੀ ਦੀ ਹੈ ਜਾਂ ਕਿਸੇ ਫਰੈਂਡ ਦੀ ਹੈ ਉਹ ਅਲੱਗ ਚੀਜ਼ ਹੈ, ਜਦੋਂ ਤੱਕ ਤੁਸੀਂ ਆਪ ਹੀ ਨਹੀਂ ਮੰਨੋਗੇ ਉਦੋਂ ਤੱਕ ਤੁਸੀਂ ਛੱਡ ਹੀ ਨਹੀਂ ਸਕਦੇ। ਜਿੰਨਾ ਮਰਜ਼ੀ ਤੁਸੀਂ ਦਵਾਈਆਂ ਖਾ ਲਓ, ਜੋ ਮਰਜ਼ੀ ਕਰ ਲਓ, ਸੈਂਟਰ 'ਚ ਚਲ ਜਾਓ, ਮੈਂ ਦੇਖੇ ਮੁੰਡੇ ਸੈਂਟਰ 'ਚ ਜਾਂਦੇ ਆ ਕੇ ਫਿਰ ਉਹੀ ਕੰਮ, ਮਤਲਬ ਕੁਛ ਹਾਲ ਨਹੀਂ। ਆਪਣੇ ਬਟਾਲੇ ਦਾ ਵੀ ਇਹੀ ਹਾਲ ਹੈ, ਇਹ ਪੰਜਾਬ ਲਈ ਬਹੁਤ ਮਾੜੀ ਗੱਲ ਹੈ, ਪਤਾ ਨਹੀਂ ਪੰਜਾਬ ਦਾ ਆਉਣ ਵਾਲਾ ਟਾਈਮ ਕਿੱਦਾਂ ਦਾ, ਇਹ ਸੋਚਣ ਵਾਲੀ ਗੱਲ ਹੈ। ਅੱਛਾ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਛੱਡਿਆ, ਉਸ ਤੋਂ ਬਾਅਦ ਕਦੇ ਉਧਰ ਮੂੰਹ ਨਹੀਂ ਕੀਤਾ ਦੁਬਾਰਾ ਕਦੇ? ਨਾ 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 ਨਾ, ਤੋਬਾ, ਕਦੀ ਸੋਚਿਆ ਵੀ ਨਹੀਂ, ਕੋਈ ਕਹਿ ਵੀ ਨਹੀਂ ਸਕਦਾ ਬਟਾਲੇ ਸ਼ਹਿਰ 'ਚੋਂ ਆ ਕੇ ਕਿ ਹਾਂ ਵੀ ਇਹਨੇ ਰਿੰਕੇ ਨੇ ਕਦੀ ਇੱਕ ਟਾਈਮ ਵੇਖਿਆ ਵੀ ਆ ਸਾਡੇ, ਮਤਲਬ ਵੀ ਕੋਈ। ਅੱਛਾ, ਕਦੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਮਾਡਲਿੰਗ ਕਰਦੇ ਸੀ, ਹਾਂਜੀ, ਤੇ ਉਸ ਤੋਂ ਬਾਅਦ ਕਦੇ ਦੁਬਾਰਾ ਨਹੀਂ ਗਾਣਿਆਂ ਦੇ ਵਿੱਚ ਜਾਣਾ ਚਾਹਿਆ ਜਾਂ ਦੁਬਾਰਾ ਨਹੀਂ ਉਸ ਮਾਡਲਿੰਗ ਲਾਈਨ 'ਚ ਜਾਣਾ? ਨਹੀਂ ਨਹੀਂ, ਫਿਰ ਮੈਰਿਡ ਹੋ ਗਿਆ ਐਕਚੁਅਲੀ, ਫਿਰ ਮੈਰਿਜ ਤੋਂ ਬਾਅਦ ਨਾ ਲਾਈਫ ਥੋੜ੍ਹੀ ਚੇਂਜ ਹੋ ਜਾਂਦੀ ਹੈ, ਫਿਰ ਆਪਣੀ ਰਿਸਪੋਂਸੀਬਿਲਟੀ ਵੱਧ ਗਈ, ਫਿਰ ਉੱਧਰ ਲਈ ਉੱਧਰੋਂ ਧਿਆਨ ਘੱਟ ਗਿਆ, ਇਸ ਕਰਕੇ ਫਿਰ ਸੋਸ਼ਲ ਮੀਡੀਆ ਵੱਲ ਆ ਗਏ ਕਿ ਉੱਧਰ ਚਲੋ ਠੀਕ ਹੈ, ਬੜਾ ਵਧੀਆ ਰਿਸਪੌਂਸ ਮਿਲਿਆ, ਲੋਕੀ ਪਿਆਰ। ਕਮਾਈ ਕਿੰਨੀ ਕੁ ਕਰ ਰਹੇ ਫਿਰ ਸੋਸ਼ਲ ਮੀਡੀਆ ਤੇ ਇਸ ਵੇਲੇ? ਜ਼ਿਆਦਾਤਰ ਕਮਾਈ ਕਰਕੇ ਵੀ ਲੱਗੇ ਆ ਨਾ ਐਕਚੁਅਲੀ, ਪਤਾ ਕੀ ਆ, ਜਿਹੜੇ ਵਲੌਗਰ ਨੇ ਨਾ ਜਾਂ ਯੂਟਿਊਬ ਦੇ ਨੇ ਉਹਨਾਂ ਨੂੰ ਕਮਾਈ ਜ਼ਿਆਦਾ, ਰੱਬ ਦੀ ਮਿਹਰ ਆ। ਬਿਲਕੁਲ, ਉਸ ਬੱਚੀ ਨੂੰ ਜ਼ਰੂਰ ਉਸ ਬਾਪ ਨੇ ਕ੍ਰੈਡਿਟ ਦਿੱਤਾ ਵਾ ਕਿ ਜਿਸ ਬੱਚੀ ਦੇ ਕਰਕੇ ਉਸ ਬਾਪ ਨੇ ਉਸ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਤਾਂ ਹੁਣ ਇੱਕਦਮ ਨਸ਼ੇ ਤੋਂ ਆਪਣੀ ਜਿਹੜੀ ਦੂਰੀ ਬਣਾ ਲਈ ਹੈ ਘਰ ਵਾਲੀ ਨਾਲ, ਜ਼ਰੂਰ ਭੈਣ ਨਾਲ ਗੱਲ ਕਰ ਲਾਂਗੇ। ਭੈਣ, ਉਹ ਵੇਲਾ ਕਿਸ ਤਰੀਕੇ ਦਾ ਸੀ ਜਿਸ ਵੇਲੇ ਘਰ ਵਾਲਾ ਘਰ ਲੰਮੇ ਪਿਆ ਰਹਿੰਦਾ ਸੀ, ਨਸ਼ੇ ਦੀ ਦਲਦਲ 'ਚ ਸੀ, ਨਸ਼ਾ ਕਰਕੇ ਸੁੱਧ ਬੁੱਧ ਆਪਣੀ ਖੋਈ ਹੁੰਦੀ ਸੀ ਤੇ ਬੈੱਡ ਤੇ ਬਹਿ ਰਹਿਣਾ, ਕਮਰੇ 'ਚੋਂ ਬਾਹਰ ਨਹੀਂ ਆਉਣਾ, ਉਸ ਵੇਲਾ ਕਿੱਦਾਂ ਦਾ? ਉਹ ਵੇਲਾ ਤੇ ਤੁਸੀਂ ਯਾਦ ਨਾ ਹੀ ਕਰਵਾਓ ਤੇ ਅੱਛਾ, ਪਰ ਉਹ ਟਾਈਮ ਮੈਨੂੰ ਅੱਜ ਵੀ ਯਾਦ ਆਉਂਦਾ ਤੇ ਇੱਕਦਮ ਗੂਜ਼ਬੰਪਸ ਆ ਜਾਂਦੇ ਕਿ ਪਤਾ ਨਹੀਂ, ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਖੁਦ ਆਪਣੇ ਆਪ ਨੂੰ ਮਾਰ ਲਵਾਂ, ਕਿਉਂਕਿ ਇਹਨਾਂ ਨੂੰ
ਸਿਰਫ ਅਜੇ ਅਸੀਂ ਠੀਕ ਮੈਂ ਨਹੀਂ ਕੀਤਾ, ਚਲੋ ਉਸ ਭਗਵਾਨ ਨੇ ਕੀਤਾ, ਮੇਰੀ ਬੇਟੀ ਨੇ ਸਾਥ ਦਿੱਤਾ, ਦੋਨੋਂ ਵੀਡੀਓਜ਼ ਬਣਾਉਂਦੇ ਸੀ, ਠੀਕ ਹੈ। ਮੈਂ ਚਲੀ ਜਾਂਦੀ ਸੀ ਬੁਟੀਕ ਤੇ, ਮੈਂ ਬੁਟੀਕ ਤੋਂ ਆਉਂਦੀ ਸੀ, ਖਾਣਾ ਵਗੈਰਾ ਇਹਨਾਂ ਦਾ ਬਣਾ ਕੇ ਰੱਖ ਦਿੰਦੀ। ਕਈ ਵਾਰ ਇਹਨਾਂ ਨੇ ਖਾਣਾ ਵੀ ਨਹੀਂ ਖਾਣਾ ਕਿਉਂਕਿ ਉਸ ਇਨਸਾਨ ਇਹਨਾਂ ਨੂੰ ਤੇ ਹੋਸ਼ ਹੀ ਨਹੀਂ ਹੁੰਦੀ ਸੀ। ਤੇ ਉਸ ਟਾਈਮ ਮੇਰੇ ਕੋਲ, ਮੈਂ ਕਹਾਂਗੀ ਇੱਕ ਵੀ ਬੰਦੇ ਨੇ ਆ ਕੇ, ਮੈਨੂੰ ਰਿਲੇਟਿਵਸ ਹੋਏ ਜਾਂ ਕੋਈ ਵੀ ਹੋਵੇ, ਆ ਕੇ ਮੈਨੂੰ ਕਿਸੇ ਨੇ ਪੁੱਛਿਆ ਕਿ ਹਾਂ ਵੀ ਤੇਰਾ ਅਸੀਂ ਸਾਥ ਦਈਏ, ਤੇਰੇ ਹਸਬੈਂਡ ਨੂੰ ਠੀਕ ਕਰੀਏ ਜਾਂ ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਮਤਲਬ ਕੋਈ ਵੀ ਨਹੀਂ। ਤੇ ਮਾਇਕੇ ਵੱਲ ਤੇ ਮੈਂ ਆਪਣੀ 6 ਮਹੀਨੇ ਬਿਲਕੁਲ ਵੀ ਗਈ ਨਹੀਂ, ਸਮਝ ਲਓ ਉਹਨਾਂ ਨਾਲ ਮੇਰਾ ਬਿਲਕੁਲ ਵੀ ਇਨ ਟੱਚ ਨਹੀਂ ਸੀ, ਕਿਉਂਕਿ ਹਲਾ ਉਹਨਾਂ ਨੂੰ ਅੱਜ ਤੱਕ ਵੀ ਨਹੀਂ ਪਤਾ। ਮੇ ਬੀ ਹੁਣ ਅੱਜ ਵੀਡੀਓ ਦੇਖਣਗੇ, ਕਿਉਂਕਿ ਉਹ ਨੋਇਡਾ ਰਹਿੰਦੇ ਆ, ਇੱਧਰ ਨਹੀਂ ਹੈ। ਤੇ ਮੈਂ ਵੈਸੇ ਵੀ ਜਾਇਆ ਸਾਲ ਵਿੱਚ ਇੱਕ ਵਾਰੀ ਜਾਂਦੇ ਆ, ਤੇ ਉਦੋਂ 6 ਮਹੀਨੇ ਦਾ ਟਾਈਮ ਸੀ, ਨਾ ਮੇਰੇ ਰਿਲੇਟਿਵ ਨੂੰ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਕਿ ਜਿਸ ਤਰ੍ਹਾਂ ਮੈਂ, ਮਤਲਬ ਤੁਸੀਂ ਲੋਕ ਸਿਰਫ ਸੁਣ ਸਕਦੇ ਹੋ, ਮੇਰੇ ਤੇ ਬੀਤੀ ਆ, ਮੈਂ ਉਹਨੂੰ ਐਕਸਪਲੇਨ ਵੀ ਨਹੀਂ ਕਰ ਸਕਦੀ ਕਿ ਜਿਸ ਹਿਸਾਬ ਨਾਲ, ਮਤਲਬ ਸਵੇਰੇ ਮੈਂ ਜਾਣਾ ਬੁਟੀਕ ਤੇ, ਇਹ ਸੁੱਤੇ ਹੁੰਦੇ ਸੀ ਕਿ ਪਤਾ ਨਹੀਂ ਜਿਸ ਹਾਲ ਵਿੱਚ ਮੈਂ ਛੱਡ ਕੇ ਜਾਣੀ, ਉਹੀ ਬੈਡ ਤੇ ਲੇਟੇ ਹੁੰਦੇ ਸੀ, ਆ ਕੇ ਗੁੜੀਆ ਰੋਂਦੀ ਹੁੰਦੀ ਸੀ, ਮੰਮਾ ਪਾਪਾ ਮੇਰੇ ਸਾਥ ਬਾਤ ਵੀ ਨਹੀਂ ਕਰਦੇ, ਖੇਲਤੇ ਵੀ ਨਹੀਂ ਹੈ। ਮੈਂ ਇਹਨੂੰ ਕਹਿੰਦਾ ਕੋਈ ਗੱਲ ਨਹੀਂ ਬੇਟਾ, ਭਗਵਾਨ ਜੀ ਕੋ ਬੋਲਾ ਕਰ, ਆਪਣੇ ਆਪ ਸਭ ਠੀਕ ਹੋ ਜਾਏਗਾ, ਫਿਰ ਧੀਰੇ ਧੀਰੇ ਆਪੇ ਚਲੋ। ਥੋੜਾ ਜਿਹਾ ਆਪਣੀ ਇਹਨਾਂ ਦੀ ਵਿਲ ਪਾਵਰ ਵੀ ਸਟਰੋਂਗ ਸੀ, ਇਹਨਾਂ ਨੇ ਦੇਖਿਆ ਕਿ ਗੁੜੀਆ ਐਸੀ ਇਕੱਲੀ ਬੈਠੀ ਰਹਿੰਦੀ, ਉਹ ਵੀ ਬੱਚਾ ਬੱਚਾ ਕਿਤੇ ਜਾਂਦਾ ਨਹੀਂ ਸੀ, ਘਰ ਹੀ ਹੁੰਦੀ ਸੀ। ਤੇ ਅੱਛਾ, ਮਤਲਬ ਕਿ ਜਾਨੀ ਕਿ ਉਹ ਸਮਾਂ ਯਾਦ ਕਰਨਾ ਵੀ ਨਹੀਂ ਚਾਹੁੰਦੇ ਹੁਣ, ਹੈਨਾ, ਕਿਉਂਕਿ ਬੜਾ ਔਖਾ ਸਮਾਂ ਸੀ। ਐਕਚੁਅਲ ਵਿੱਚ ਕੋਈ ਇੱਕ ਬੰਦਾ ਹੁੰਦਾ ਕਿ ਤੁਹਾਡੇ ਕੋਲ ਆ ਕੇ ਇੰਨਾ ਹੀ ਪੁੱਛਦੇ ਕਿ ਹਾਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਮਤਲਬ ਇਹਨਾਂ ਨੂੰ ਰੋਕਣ, ਇਹਨਾਂ ਨੂੰ ਇਸ ਟਾਈਮ ਚੋਂ ਬਾਹਰ ਨਿਕਾਲਣ ਸੀ ਕਿਸੇ ਵੀ ਚੀਜ਼ ਦੀ, ਕਿਸੇ ਮੈਡੀਸਿਨ ਦੀ, ਮਤਲਬ ਇੱਕ ਇਨਸਾਨ ਵੀ ਆ ਕੇ ਮੈਨੂੰ ਆ ਕੇ ਕਹਿ ਦੇ ਕਿ ਹਾਂ ਕਿ ਮੈਂ ਤੇਰਾ ਸਾਥ ਦਿੱਤਾ ਸੀ, ਮੈਂ ਤੈਨੂੰ ਬੋਲਿਆ ਸੀ ਕਿ ਇਹਨਾਂ ਨੂੰ ਇੱਥੋਂ ਨਿਕਾਲਦੇ ਆ। ਰਿਸ਼ਤੇਦਾਰ ਵੀ ਹੁੰਦੇ ਆ, ਫਿਰ ਉਹ ਜਦੋਂ ਪਤਾ ਲੱਗਦਾ ਬੱਚਾ ਨਸ਼ਾ ਕਰਦਾ ਵਾ, ਉਹ ਕਹਿਣ ਲੱਗਾ ਧੀਏ ਜਾ ਆਪਣੇ ਘਰ, ਇੰਨੇ ਸਾਰੇ ਆਏ ਹੋਣਗੇ ਇਦਾਂ ਦੇ, ਬਿਲਕੁਲ ਆਪਣੇ ਘਰਦਿਆਂ ਨੇ ਕਿਹਾ ਕਿ ਛੋੜ ਕੇ ਚਲੇ ਜਾ, ਸਾਨੂੰ ਕੋਈ ਨੀ ਹੈ। ਫਿਰ ਇੱਕ ਵਾਰੀ ਮੈਂ ਸੋਚਿਆ ਕਿ ਮੈਂ ਚਲੀ ਜਾਵਾਂਗੀ, ਚਲੀ ਜਾਣ ਦਾ ਮੇਰਾ, ਮੈਂ ਤੇ ਚਲੀ ਜਾਂਦੀ, ਮੈਨੂੰ ਮੇਰੇ ਘਰਦਿਆਂ ਨੇ ਰੱਖ ਲੈਣਾ ਸੀ, ਮੈਨੂੰ ਅੱਜ ਵੀ ਮੈਨੂੰ ਪਤਾ ਆਪਣੇ ਘਰਦਿਆਂ ਤੇ, ਇਹਨਾਂ ਦੇ ਬੰਦੇ ਨੂੰ ਆਪਣੀ ਭੈਣ ਭਰਾਵਾਂ ਤੇ ਮਾਣ ਹੁੰਦਾ ਵਾ। ਤੇ ਫਿਰ ਮੈਂ ਸੋਚਿਆ ਬੇਟੀ ਨੂੰ, ਬੇਟੀ ਵੀ ਚਲੀ ਜਾਏਗੀ, ਇਹਨਾਂ ਦਾ ਕੀ ਹੋਣਾ ਸੀ, ਕੁਛ ਵੀ ਨਹੀਂ, ਨਸ਼ੇ 'ਚ ਖਤਮ ਹੋ ਜਾਣਾ ਸੀ ਇਨਸਾਨ ਨੇ, ਇਨਸਾਨ ਖਤਮ ਹੋ ਜਾਣਾ ਸੀ, ਘਰਦਿਆਂ ਨੂੰ ਕਿਸੇ ਨੂੰ ਯਾਦ ਨਹੀਂ ਸੀ ਰਹਿਣਾ। ਪਰ ਮੈਂ ਸਿਰਫ ਇਹੀ ਚੀਜ਼ ਨੂੰ ਸੋਚਿਆ, ਅੱਜ ਮੈਂ ਚਲ ਜਾਵਾਂਗੀ ਤੇ ਇਹਨਾਂ ਦੇ ਨਾਲ ਕੌਣ ਹੋਏਗਾ, ਸਿਰਫ ਇਸ ਚੀਜ਼ ਨੂੰ ਸੋਚ ਕੇ ਮੈਂ ਉਧਰ ਵੀ ਕੁਛ ਨਹੀਂ ਦੱਸਿਆ ਅੱਜ ਤੱਕ। ਮੇਰਾ ਰੱਬ ਜਾਣਦਾ ਹੈ ਕਿ ਮੈਂ ਅੱਜ ਵੀ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਨਹੀਂ ਆਉਣਾ, ਮੈਂ ਵੀਡੀਓ ਨਹੀਂ, ਮਤਲਬ ਲਾਈਵ ਵੀ ਨਹੀਂ ਹੋਣਾ, ਕੁਛ ਵੀ ਨਹੀਂ। ਪਰ ਚਲੋ ਤੁਸੀਂ ਕੋਈ ਗਲਤ ਨਹੀਂ, ਉਹਨਾਂ ਲੋਕਾਂ ਵਾਸਤੇ, ਉਹਨਾਂ ਪਰਿਵਾਰਾਂ ਵਾਸਤੇ ਅੱਜ ਬਹੁਤ ਮੁਸ਼ਕਿਲ ਦਾ ਸਮਾਂ ਵਾ ਕਿ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਦਲਦਲ, ਬਿਲਕੁਲ ਬਿਲਕੁਲ, ਠੀਕ ਹੈ ਨਾ, ਇੱਕ ਮੋਟੀਵੇਟ ਆ ਕਿ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਨਾਲ ਨਸ਼ਾ ਛੱਡ ਸਕਦਾ। ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰੀਕੇ ਨਾਲ ਬੰਦਾ ਛੱਡ ਸਕਦਾ? ਸਿਰਫ ਇੱਕ ਛੋਟੀ ਜਿਹੀ ਗੱਲ, ਅਗਰ ਇਨਸਾਨ ਨਸ਼ਾ ਕਰ ਰਿਹਾ, ਇਨਸਾਨ ਗਲਤ ਨਹੀਂ ਹੈ, ਉਹਦੇ ਹਾਲਾਤ ਗਲਤ ਹੈ, ਅਗਰ ਤੁਸੀਂ ਲੋਕ ਉਹਦਾ ਸਾਥ ਛੱਡ ਦੋਗੇ ਤੇ ਉਹ ਬੰਦਾ ਤੇ ਖਤਮ ਹੋ ਜਾਏਗਾ। ਤੁਸੀਂ ਕਹੋਗੇ ਸਾਡਾ ਪਿੱਛਾ ਛੁੱਟਿਆ, ਕੋਈ ਗੱਲ ਨਹੀਂ, ਇਹਦੀ ਇੰਨੀ ਲਿਖੀ ਸੀ, ਸਿਰਫ ਇੰਨੀ ਲੋਕੀ ਕਹਿ ਕੇ ਨਾ ਛੋੜ ਦਿੰਦੇ। ਕਿਸੇ ਦੀ ਵੀ ਡੈਥ ਹੋ ਜਾਂਦੀ, ਉਹਨੇ ਜੀ ਡਰਿੰਕ ਕਰਦਾ ਸੀ, ਉਹ ਮਰ ਗਿਆ, ਚੱਲ ਚੰਗਾ ਹੋਇਆ, ਪਿੱਛਾ ਛੁੱਟ ਗਿਆ। ਪਿੱਛਾ ਨਹੀਂ ਛੁੜਾਉਣਾ, ਬੱਚਾ ਤੁਹਾਡਾ ਵੈ, ਤੁਸੀਂ ਉਹਨੂੰ ਸੁਧਾਰੋ, ਸੁਧਰਨ ਦਾ ਇੱਕ ਮੌਕਾ ਦਿਓ। ਅਗਰ ਬੱਚਾ ਨਹੀਂ ਸੁਧਰੇ ਤੇ ਫਿਰ ਤੁਸੀਂ ਕਹੋ ਹਾਂ ਵੀ ਮੌਕਾ ਦੇਣ ਦੀ ਗੱਲ ਨਹੀਂ, ਸਿਰਫ ਇੱਕ ਪਿਆਰ ਹੀ ਬਹੁਤ ਵੱਡੀ ਚੀਜ਼ ਹੁੰਦੀ, ਸਿਰਫ ਪੈਸਾ ਹਰ ਜਗ੍ਹਾ ਤੇ ਖੜਾ ਨਹੀਂ ਹੁੰਦਾ ਜੀ। ਮੈਂ ਅੱਜ ਵੀ ਇਹੀ ਕਹਿੰਦੀ ਹਾਂ ਕਿ ਪਿਆਰ ਨਾਲ ਤੁਸੀਂ ਹਰ ਇੱਕ ਇਨਸਾਨ ਨੂੰ ਬਦਲ ਸਕਦੇ ਹੋ। ਮੈਂ ਖੁਦ ਦੇਖਿਆ, ਮੈਂ ਆਪਣੇ ਉਹ ਹਾਲਾਤ ਦੱਸ ਵੀ ਨਹੀਂ ਸਕਦੀ, ਤੇ ਅੱਜ ਮੇਰੇ ਤੋਂ ਰੱਬ ਦੀ ਬਹੁਤ ਬਹੁਤ ਮਿਹਰਬਾਨੀ ਹੈ, ਬਸ ਉਹਨਾਂ ਨੇ ਸਾਥ ਦਿੱਤਾ, ਮੇਰੀ ਗੁੜੀਆ ਨੇ ਸਾਥ ਦਿੱਤਾ ਤੇ ਚਲੋ ਇੱਥੇ ਤੱਕ ਪਹੁੰਚ ਗਏ ਹਾਂ।
ਸਮਾਂ ਉਹ ਯਾਦ ਨਹੀਂ ਕਰ ਸਕਦੇ ਦੁਬਾਰਾ, ਹੈ ਨਾ, ਬਿਲਕੁਲ ਵੀ ਨਹੀਂ। ਦੁਬਾਰਾ ਯਾਦ ਕਰੀਏ ਤੇ ਫਿਰ ਕੁਛ ਐਸਾ ਟਾਈਮ ਸੀ, ਸੋਚੋ ਇੱਕ ਇਨਸਾਨ ਕੰਮ ਨਹੀਂ ਕਰ ਰਿਹਾ, ਮੈਂ ਨਵੀਂ ਨਵੀਂ ਬੁਟੀਕ ਖੋਲੀ, ਤੁਸੀਂ ਸੋਚੋ ਕਿ ਬੱਚੇ ਦੀ ਪੜ੍ਹਾਈ ਦੀ ਵੀ ਟੈਨਸ਼ਨ, ਠੀਕ ਹੈ, ਘਰ ਵੀ ਚਲਾਉਣਾ, ਅਰਨਿੰਗ ਕਿੱਥੋਂ ਆਉਣੀ ਹੈ, ਮੈਂ ਇਕੱਲੀ ਕੀ ਕਰ ਸਕਦੀ, ਮੈਂ ਬੱਚੇ ਨੂੰ ਵੀ ਪੜ੍ਹਾਵਾਂਗੀ, ਠੀਕ ਹੈ, ਸਟਿਚਿੰਗ ਕਰਦੀ ਸੀ ਮੈਂ, ਚਲੋ ਹੌਲੀ ਹੌਲੀ ਪਰਮਾਤਮਾ ਨੇ ਜ਼ਰੂਰ, ਮੈਂ ਕਹਿੰਦੀ ਇੰਨਾ ਕੁਛ ਸਾਥ ਦਿੱਤਾ, ਮੈਂ ਨਹੀਂ ਕਹਿੰਦੀ ਮੈਂ ਕੁਛ ਕੀਤਾ, ਮੈਂ ਸਿਰਫ ਉਸ ਰੱਬ ਦੇ ਕਹਿੰਦੀ, ਉਸ ਰੱਬ ਨੇ ਸਾਥ ਦਿੱਤਾ, ਬਾਕੀ ਇੱਥੇ ਤੱਕ ਅੱਜ ਪਹੁੰਚ ਚੁੱਕੀ ਹਾਂ। ਅੱਛਾ, ਸੋਸ਼ਲ ਮੀਡੀਆ ਤੇ ਲਗਾਤਾਰ ਰਿੰਕਾ ਜੀ ਵੱਲੋਂ ਵੀਡੀਓ ਬਣਾਈਆਂ ਜਾਂਦੀਆਂ, ਤੁਹਾਨੂੰ ਅਕਸਰ ਦੇਖਦੇ ਆ, ਐਕਟਿੰਗ ਉਹ ਕਰਦੇ ਸੀ, ਮਾਡਲਿੰਗ ਉਹ ਕਰਦੇ ਸੀ, ਤੁਹਾਨੂੰ ਉਹਨਾਂ ਨੇ ਜਿੱਤ ਕਰ, ਤੁਸੀਂ ਉਹਨਾਂ ਦਾ ਨਸ਼ਾ ਛੁਡਾਇਆ ਨਾ, ਤੇ ਉਹਨਾਂ ਨੇ ਮਾਡਲਿੰਗ ਆਪਣੀ ਤੁਹਾਨੂੰ ਸਿਖਾ ਦਿੱਤੀ। ਬਿਲਕੁਲ ਜੀ, ਉਹ ਕਦੇ ਇਕੱਠੇ ਨਹੀਂ ਕੋਸ਼ਿਸ਼ ਕੀਤੀ ਅਸੀਂ ਇਕੱਠੇ ਕਿਸੇ ਸੌਂਗ ਦੇ ਆ ਜੀ, ਲੋਕੀ ਨਹੀਂ ਪਸੰਦ ਕਰਦੇ ਸ਼ਾਇਦ, ਇਸ ਕਰਕੇ ਮੈਂ ਬਹੁਤ ਘੱਟ ਬਣਾਉਂਦੀ ਹਾਂ ਹੁਣ ਵੀਡੀਓਸ, ਮੈਂ ਨਹੀਂ ਬਣਾਉਂਦੀ ਕਿਉਂਕਿ ਨਹੀਂ ਪਸੰਦ ਕਰਦੇ ਬਟਾਲੇ 'ਚ, ਇੰਨਾ ਜ਼ਿਆਦਾ ਲਾਈਕ ਨਹੀਂ ਕਰਦੇ ਕਿ ਉਹ ਚਲੋ ਬਣਾ ਰਹੇ ਆ, ਠੀਕ ਹੈ, ਇਹਨਾਂ ਨੂੰ ਨਿਕਾਲਣਾ ਮੇਰੀ ਜ਼ਿੰਮੇਵਾਰੀ ਸੀ, ਉਹ ਮੈਂ ਪੂਰੀ ਕਰਤੀ, ਹੁਣ ਮੈਨੂੰ ਬਹੁਤ ਖੁਸ਼ੀ ਹੈ, ਬਣਾਉਂਦੇ ਆ, ਠੀਕ ਹੈ, ਆਪਣੇ 'ਚ ਚਲੋ ਸਹੀ ਹੈ ਬਸ। ਅੱਛਾ, ਪਰਿਵਾਰ ਨੇ ਵੀ ਸਾਥ ਵੀ ਨਹੀਂ ਦਿੱਤਾ, ਬਸ ਇੱਕ ਹਿੰਮਤ ਆ ਤੇ ਇੱਕ ਵਿਲ ਪਾਵਰ ਹੈ ਜਿਸ ਕਰਕੇ ਇਸ ਦਲਦਲ ਚੋਂ ਨਿਕਲੇ ਆ। ਬੜਾ ਔਖਾ ਸਮਾਂ ਹੁੰਦਾ ਵਾ, ਬਹੁਤ ਔਖਾ ਜੀ, ਬੜਾ ਔਖਾ ਸਮਾਂ ਹੁੰਦਾ ਵਾ, ਉਹ ਸਮਾਂ ਉਹੀ ਕਰ ਸਕਦਾ ਜੱਜ ਜਿਹੜੇ ਜਿਸ ਤਰ ਲਾਗੇ ਸੋ ਤਨ ਜਾਗੇ। ਬਿਲਕੁਲ ਜੀ, ਬਿਲਕੁਲ, ਉਸ ਬੱਚੀ ਨੂੰ ਮਾਂ ਵੱਲੋਂ ਵੀ ਕ੍ਰੈਡਿਟ ਦਿੱਤਾ ਜਾਂਦਾ ਵਾ, ਕਿਉਂਕਿ ਉਸ ਮਾਂ ਨੇ ਕਿਹਾ ਵਾ ਕਿ ਉਸ ਬੱਚੀ ਦੀ ਸਦਕਾ ਹੀ ਅੱਜ ਉਹ ਜਿਹੜਾ ਹੈ ਉਸ ਦਲਦਲ ਦੇ ਵਿੱਚੋਂ ਬਾਹਰ ਨਿਕਲੇ ਆ। ਅੱਜ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਖੁਸ਼ੀ ਹੈ, ਕਿਉਂਕਿ ਇਸ ਧੀ ਰਾਣੀ ਨੇ ਇਹ ਆਪਣੇ ਫਾਦਰ ਨੂੰ ਉਸ ਦਲਦਲ ਚੋਂ ਬਾਹਰ ਕੱਢਿਆ। ਬੱਚਾ ਬਹੁਤ ਐਫਰਟ ਕੀਤੀ, ਪਾਪਾ ਨੂੰ ਉਸ ਦਲਦਲ ਚੋਂ ਕੱਢ ਦਿੱਤਾ ਫਿਰ, ਹਾਂਜੀ, ਕਿਸ ਤਰੀਕੇ ਨਾਲ ਕੱਢਣਾ ਸ਼ੁਰੂ ਕੀਤਾ? ਜਦੋਂ ਤੁਸੀਂ ਆਉਂਦੇ ਸੀ ਪਾਪਾ ਨੂੰ ਦੇਖਦੇ ਸੀ, ਕਿਹੜੇ ਹਾਲਾਤਾਂ 'ਚ ਦੇਖਦੇ ਸੀ? ਮੈਂ ਜਬ ਵੀ ਆਤੀ ਸੀ ਸਕੂਲ ਸੇ ਤੋ ਪਾਪਾ ਹਮੇਸ਼ਾ ਮਤਲਬ ਬੈਡ ਪੇ ਲੇਟੇ ਰਹਿਤੇ ਥੇ, ਨਾ ਹੀ ਮੁਝਸੇ ਬਾਤ ਕਰਤੇ ਥੇ, ਨਾ ਹੀ ਮੇਰੇ ਸਾਥ ਖੇਲਤੇ ਥੇ, ਮੈਂ ਜਬ ਵੀ ਪਾਪਾ ਕੋ ਕਹਿਤੀ ਥੀ ਕਿ ਮੇਰੇ ਸਾਥ ਖੇਲੋ ਤੋ ਵੋ ਨਹੀ ਖੇਲਤੇ ਥੇ, ਤੋ ਮੁਝੇ ਬਹੁਤ ਬੁਰਾ ਲਗਤਾ ਥਾ ਕਿ ਮੈਂ ਅਕੇਲੇ ਅਬ ਕਿਆ ਕਰੂੰ, ਤੋ ਮੈਂ ਹਮੇਸ਼ਾ ਪਾਪਾ ਕੋ ਕਹਿਤੀ ਰਹਿਤੀ ਥੀ ਕਿ ਮੇਰੇ ਸਾਥ ਵੀਡੀਓ ਬਣਾਓ, ਮੈਂ ਪਾਪਾ ਕੋ ਵੀਡੀਓ ਦਿਖਾਤੀ ਰਹਿਤੀ ਥੀ ਕਿ ਆਪ ਜੈਸੇ ਪਹਿਲੇ ਵੀਡੀਓ ਬਣਾਤੇ ਥੇ ਫਿਰ ਸੇ ਬਣਾਓ ਨਾ, ਤੋ ਪਾਪਾ ਪਹਿਲੇ ਨਹੀਂ ਬਣਾਤੇ ਥੇ, ਫਿਰ ਐਸੇ ਹੀ ਮੈਂ ਫਿਰ ਭਗਵਾਨ ਕੋ ਕਹਾ ਕਿ ਮੇਰੇ ਪਾਪਾ ਕੋ ਠੀਕ ਕਰ ਦੋ, ਤੋ ਫਿਰ ਉਸਕੇ ਬਾਅਦ ਮੈਂ ਪਾਪਾ ਕੋ ਫਿਰ ਸੇ ਸ਼ੁਰੂ ਕੀਆ, ਪਾਪਾ ਕੋ ਵੀਡੀਓ ਦਿਖਾਈ ਕਿ ਪਾਪਾ ਕੈਸੇ ਵੀਡੀਓਜ਼ ਬਣਾਤੇ ਥੇ, ਕਿਤਨੇ ਅੱਛੇ ਸੇ, ਮੈਂ ਵੀ ਪਾਪਾ ਕੇ ਸਾਥ ਬਣਾਤੀ ਥੀ, ਤੋ ਫਿਰ ਪਾਪਾ ਨੇ ਫਿਰ ਪਾਪਾ ਮੇਰੇ ਸਾਥ ਵੀਡੀਓ ਬਣਾਉਣਾ ਸ਼ੁਰੂ ਕੀਏ ਪਾਪਾ ਨੇ। ਕਭੀ ਪਾਪਾ ਕੋ ਨਹੀਂ ਬੋਲਾ ਪਾਪਾ ਮੈਂ ਵੀ ਕਿਸੀ ਸੌਂਗ ਮੇਂ ਮਾਡਲਿੰਗ ਕਰਨਾ ਚਾਹਤੀ ਹੂੰ ਜੈਸੇ ਆਪ ਕਰਤੇ ਥੇ ਪਹਿਲੇ, ਬੋਲਾ ਕਭੀ? ਹਾਂਜੀ, ਨਹੀਂ ਬੋਲਾ ਨਹੀਂ, ਆਪਣੇ ਮਾਡਲ ਬਣਨਾ ਹੈ। ਕਿਆ ਬੋਲਾ, ਕਿਆ ਸੋਚਿਆ ਤੁਨੇ, ਕਿਆ ਬਣਨਾ ਹੈ? ਮੈਨੇ ਬੜੇ ਹੋ ਕੇ ਐਕਟਰੈਸ ਬਣਨਾ ਹੈ। ਐਕਟਰੈਸ ਬਣਨਾ ਹੈ। ਅੱਛਾ, ਪਾਪਾ ਕੀ ਤਰ੍ਹਾਂ ਦੇਖ ਕੇ ਆਇਆ ਕਿ ਮੇਰੇ ਪਾਪਾ ਕੋ ਬਹੁਤ ਤੋਂ ਨਹੀਂ ਪੂਰਾ ਹੁਆ ਸਫਰ, ਲੇਕਿਨ ਮੈਂ ਉਹ ਸਫਰ ਪੂਰਾ ਕਰੂੰਗਾ। ਹਾਂਜੀ, ਕਿਉਂ ਪਾਪਾ ਕੋ ਸ਼ੌਂਕ ਥਾ ਮਾਡਲਿੰਗ ਕਾ, ਲੇਕਿਨ ਇੱਕ ਗਲਤ ਸੰਗਤ ਮੇਂ ਪੜਤੇ ਹੈ, ਉਸਕੇ ਨਸ਼ੇ ਮੇਂ ਪੜਤੇ ਹੈ, ਤੇ ਉਸਕੇ ਬਾਅਦ ਉਹ ਉਨਕਾ ਸੁਪਨਾ ਪੂਰਾ ਨਹੀਂ ਹੁਆ। ਹਾਂਜੀ, ਅਬ ਆਪ ਬਣੋਗੇ? ਹਾਂਜੀ, ਮੈਂ ਪੂਰਾ ਟਰਾਈ ਕਰੂੰਗਾ। ਅੱਛਾ ਅੱਛਾ, ਹੁਣ ਕਿੰਨੀ ਕੀ ਖੁਸ਼ੀ ਹੈ ਘਰ ਦੇ ਵਿੱਚ? ਅਬ ਬਹੁਤ ਅੱਛਾ ਹੈ ਸਾਰਾ ਕੁਛ, ਅਬ ਹਮ ਬਾਹਰ ਵੀ ਜਾਤੇ ਹੈ ਘੁੰਮਨੇ, ਨਾਨੀ ਹਾਊਸ ਵੀ ਜਾਤੇ ਹੈ, ਹਰ ਜਗ੍ਹਾ ਪਾਪਾ ਬਾਤੇ ਵੀ ਕਰਤੇ, ਮੇਰੇ ਸਾਥ ਖੇਲਤੇ ਵੀ ਔਰ ਵੀਡੀਓ ਵੀ ਬਣਾਤੇ ਹੈ। ਜੀ ਬਿਲਕੁਲ, ਇਹ ਪਰਿਵਾਰ ਹੈ ਜਿਸ ਪਰਿਵਾਰ ਦੇ ਵਿੱਚ ਕਦੇ ਖੁਸ਼ੀ ਨਹੀਂ ਸੀ, ਹਰ ਵੇਲੇ ਘਰ ਦੇ ਵਿੱਚ ਕਮਰੇ 'ਚ ਬੰਦ ਰਹਿਣਾ, ਨਸ਼ੇ 'ਚ ਧੁੰਦ ਰਹਿਣਾ, ਤਾਂ ਉਸ ਤੋਂ ਬਾਅਦ ਬੱਚੀ ਆਪਣੇ ਬਾਪ ਨੂੰ ਉਸ ਨਸ਼ੇ ਦੀ ਦਲਦਲ 'ਚੋਂ ਕੱਢਦੀ ਹੈ। ਘਰ ਵਾਲੀ ਦਾ ਸਹਿਯੋਗ ਰਿਹਾ, ਆਪਣੇ ਪਰਿਵਾਰ ਵਾਪਸ ਨਹੀਂ ਗਈ, ਆਪਣੇ ਮਾਇਕੇ ਵਾਪਸ ਨਹੀਂ ਗਈ, ਆਪਣੇ ਸਹੁਰੇ ਘਰ ਰਹਿ ਕੇ ਹੀ ਆਪਣੇ ਘਰ ਵਾਲੇ ਨੂੰ ਉਸ ਦਲਦਲ 'ਚੋਂ ਕੱਢਿਆ। ਅੱਜ ਪਰਿਵਾਰ 'ਚ ਜੇਕਰ ਖੁਸ਼ੀ ਆ ਤਾਂ ਇਸ ਮਾਂ ਤੇ ਧੀ ਕਰਕੇ ਖੁਸ਼ੀ ਹੈ। ਮਾਂ ਤੇ ਧੀ ਨੇ ਰਲ ਕੇ ਆਪਣੇ ਘਰ ਵਾਲੇ ਨੂੰ ਤੇ ਧੀ ਨੇ ਆਪਣੇ ਪਾਪਾ ਨੂੰ ਉਸ ਦਲਦਲ 'ਚੋਂ ਕੱਢਿਆ,
ਤੇ ਜਿੱਥੇ ਅੱਜ ਪਰਿਵਾਰ ਦੇ ਵਿੱਚ ਇੱਕ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਵਾ। ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਨੇ, ਲਗਾਤਾਰ ਇਹਨਾਂ ਵੱਲੋਂ ਵੀਡੀਓਸ ਆਪਣੀਆਂ ਅਪਲੋਡ ਕੀਤੀਆਂ ਜਾਂਦੀਆਂ ਅਲੱਗ ਅਲੱਗ ਪਲੇਟਫਾਰਮ 'ਤੇ, ਤਾਂ ਲੋਕਾਂ ਵੱਲੋਂ ਵੀ ਉਹਨਾਂ ਦੀਆਂ ਵੀਡੀਓਜ਼ ਨੂੰ ਇੱਕ ਚੰਗਾ ਹੁੰਗਾਰਾ, ਚੰਗਾ ਪਿਆਰ ਦਿੱਤਾ ਜਾਂਦਾ। ਸੋ ਜੇਕਰ ਅਸੀਂ ਕਿਸੇ ਬੱਚੇ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣਾ ਵਾ, ਤਾਂ ਸਾਨੂੰ ਉਸ ਦੇ ਨਾਲ ਪਿਆਰ ਦੇ ਨਾਲ ਵਰਤਾਓ ਕਰਨਾ ਚਾਹੀਦਾ। ਜੇਕਰ ਅਸੀਂ ਪਿਆਰ ਦੇ ਨਾਲ ਵਰਤਾਂਗੇ ਉਸ ਬੱਚੇ ਦੇ ਨਾਲ, ਤਾਂ ਉਹ ਬੱਚਾ ਵੀ ਉਸ ਦਲਦਲ 'ਚੋਂ ਜ਼ਰੂਰ ਕਿਤੇ ਨਾ ਕਿਤੇ ਬਾਹਰ ਨਿਕਲੇਗਾ। ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।